ਕੁਝ ਸਮੇਂ ਤੋਂ ਪੰਜਾਬ 'ਚ ਪੁਲਿਸ ਵਾਲਿਆਂ 'ਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪੈਟਰੋਲ ਪੰਪ 'ਤੇ ਕੁਝ ਨੌਜਵਾਨਾਂ ਵੱਲੋਂ ਇੱਕ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਉਸਦੀ ਪੱਗ ਉਤਾਰ ਦਿੱਤੀ ਗਈ। ਇਹ ਵਕਤ ਕਰੀਬ 6 ਵਜੇ ਦੇ ਕਰੀਬ ਜਿਹੜਾ ਸਾਡਾ ਇੱਕ ਕਰਮਚਾਰੀ ਪੁਲਿਸ ਲਾਈਨ 'ਚ ਤੈਨਾਤ ਆ, ਸਿਪਾਹੀ ਹਰਪ੍ਰੀਤ ਸਿੰਘ, ਜਿਹੜਾ ਆਪਣੀ ਡਿਊਟੀ ਦੇ ਦੌਰਾਨ ਜਿਹੜਾ ਇਹ ਕੋਈ ਜ਼ਰੂਰੀ ਡਾਕੂਮੈਂਟਸ ਦੇਣ ਵਾਸਤੇ ਕਚਹਿਰੀ ਚੌਂਕ ਪੇਸ਼ੀ ਸੈੱਲ ਦੇ ਵਿੱਚ ਇਹਨੇ ਜਾਣਾ ਸੀਗਾ। ਉੱਥੇ ਪੈਟਰੋਲ ਪੰਪ ਦੇ ਉੱਤੇ ਇਹ ਜਦੋਂ ਪੈਟਰੋਲ ਪਵਾਉਣ ਲੱਗਾ ਤਾਂ 2-3 ਵਿਅਕਤੀ ਆ ਜਿਹੜੇ ਆ ਕੇ ਉੱਥੇ ਵੱਧ ਘੱਟ ਬੋਲੇ ਇਹਦੇ ਨਾਲ, ਔਰ ਇਹਦੇ ਗਲ ਪੈ ਗਿਆ। ਜਿਹੜੀ ਮਾਰਕਟਾਈ ਕੀਤੀ ਆ ਉਹਦੀ ਵਰਦੀ ਪਾੜ ਦਿੱਤੀ ਆ, ਔਰ ਇੱਥੋਂ ਤੱਕ ਕਿ ਉਹਦੀ ਪਗੜੀ ਵੀ ਉਤਾਰੀ ਔਰ ਕੇਸਾਂ ਦੀ ਬੇਅਦਬੀ ਕੀਤੀ ਆ। ਕਾਰਨ ਕੀ ਰਿਹਾ ਸਰ? ਕਾਰਨ ਇਹਨਾਂ ਨੇ ਆ ਕੇ ਉਹਨੂੰ ਇਹੀ ਕਿਹਾ ਕਿ ਤੂੰ ਸ਼ਾਇਦ ਕਿਸੇ ਪਿੱਛੇ ਬਜ਼ੁਰਗ ਦੇ ਨਾਲ ਐਕਸੀਡੈਂਟ ਕਰਿਆ। ਇਹਨੇ ਆਖਿਆ ਵੀ ਆ ਕਿ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਗੀ, ਮੈਂ ਕਿਸੇ ਦਾ ਐਕਸੀਡੈਂਟ ਨਹੀਂ ਕੀਤਾ। ਉਸੇ ਦੌਰਾਨ ਹੀ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਔਰ ਵਰਦੀਧਾਰੀ ਜਿਹੜਾ ਪੁਲਿਸ ਅਫਸਰ ਆ ਉਹਦੇ ਉੱਤੇ ਇਹਨਾਂ ਨੇ ਹਮਲਾ ਕਰਕੇ ਜਿਹੜਾ ਉਹਨੂੰ ਮਾਰਕਟਾਈ ਕੀਤੀ ਆ। ਕਿੰਨੇ ਬੰਦੇ ਸੀ? ਇਹ 2-3 4 ਬੰਦੇ ਨੇ ਜਿਹੜਾ ਆ, ਤਫਤੀਸ਼ ਦੇ ਦੌਰਾਨ ਹੁਣ ਸਾਰਾ ਸਾਨੂੰ ਕਲੀਅਰ ਹੋਏਗਾ। ਬੰਦੇ ਲੱਗੇ ਆ ਪਤਾ ਆਈਡੈਂਟੀਫਾਈ ਕੀਤੇ? ਨਹੀਂ, ਬੰਦੇ ਅਜੇ ਫਿਲਹਾਲ ਆਈਡੈਂਟੀਫਾਈ ਨਹੀਂ ਹੋਏ। ਅਸੀਂ ਸਿਪਾਹੀ ਹਰਪ੍ਰੀਤ ਸਿੰਘ ਦੇ ਜਿਹੜੇ ਬਿਆਨਾਂ ਦੇ ਉੱਤੇ ਮੁਕੱਦਮਾ ਦਰਜ ਕਰਕੇ ਆਪਣੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਆ ਛੇਤੀ ਤੋਂ ਛੇਤੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਪਹੁੰਚਾਵਾਂਗੇ। ਮੈਡੀਕਲ ਕਰਵਾ ਰਹੇ ਜੀ? ਬਿਲਕੁਲ, ਉਹਦਾ ਮੈਡੀਕਲ ਵੀ ਕਰਵਾ ਰਹੇ ਹਾਂ ਜੀ, ਔਰ ਜਿਹੜਾ ਆ ਜੋ ਜ਼ਾਬਤੇ ਮੁਤਾਬਕ ਬਣਦੀ ਤਫਤੀਸ਼ ਆ ਉਹ ਕੀਤੀ ਜਾ ਰਹੀ ਹੈ ਜੀ, ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਦੇ ਮੁਤਾਬਕ। ਠੀਕ ਹੈ ਸਰ। ਕੁਝ ਦਿਨ ਪਹਿਲਾਂ ਵੀ ਇੱਕ ਪੁਲਿਸ ਵਾਲੇ ਦੀ ਉਸਦੇ ਸਾਥੀਆਂ ਸਾਹਮਣੇ ਕੁੱਟਮਾਰ ਹੋਈ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਨਾਲ ਵਾਲੇ 5 ਪੁਲਿਸ ਮੁਲਾਜ਼ਮਾਂ ਨੂੰ ਡਿਸਮਿਸ ਕਰ ਦਿੱਤਾ ਸੀ। ਬਿਊਰੋ ਰਿਪੋਰਟ, ਰੋਜ਼ਾਨਾ ਟਾਈਮਜ਼।